ਅਸਲਾਮ ਅਲੈਕੁਮ ਜੀ, ਮੇਰਾ ਨਾਮ ਅਮਰ ਗਾਜ਼ੀ ਹੈ। ਤੁਸੀਂ ਸਾਰੇ ਦੇਖ ਰਹੇ ਹੋ ਗਾਜ਼ੀ ਅਮਰ ਵੀਲਾ। ਤੁਹਾਨੂੰ ਸਭ ਨੂੰ ਪ੍ਰੋਗਰਾਮ 'ਚ ਖੁਸ਼ਾਮਦੀਦ ਕਹਿਣਾ। ਅੱਜ ਦਾ ਵੀਲਾਗ ਜਿਹੜਾ ਉਹ ਅਸੀਂ ਕਰਾਂਗੇ, ਹਾਜੀ ਵਾਲੇ ਦੇ ਵਿੱਚ ਕਤਲ ਹੋਇਆ, ਚੌਧਰੀ ਅਬਦੁਲ ਰਸ਼ੀਦ ਸਾਹਿਬ ਦਾ ਕਤਲ ਹੋਇਆ। ਚੌਧਰੀ ਅਬਦੁਲ ਰਸ਼ੀਦ ਨੇ ਜਿਹੜੇ ਇਹ ਜਮਸ਼ੇਦ ਦੇ ਵਾਲਿਦ ਨੇ, ਜਮਸ਼ੇਦ ਔਰ ਮੁਹੰਮਦ ਅਲੀ ਦੀ ਟੱਸਰ ਕਾਫੀ ਦੇਰ ਤੋਂ ਚੱਲਦੀ ਆਉਂਦੀ ਪਈ। ਪਹਿਲੇ ਫੇਸਬੁੱਕ ਤੱਕ ਬਿਆਨਾਤ ਸਨ, ਉਸ ਤੋਂ ਬਾਅਦ ਫਿਰ ਇੱਕ ਦਿਨ ਮੁਹੰਮਦ ਅਲੀ ਗੁੱਜਰ ਦੇ ਘਰ ਫਾਇਰਿੰਗ ਹੋਈ, ਜਿਹਦਾ ਪਰਚਾ ਗੁੱਜਰ ਸਾਹਿਬ ਨੇ ਵਜਾਇ ਤੌਰ ਉਹਦੇ ਬੇਟੇ ਮੂਸਾ ਲਾਈ ਦੇ ਉੱਤੇ ਥਾਣੇ ਕੜੀਆਂ ਵਾਲੇ ਦੇ ਵਿੱਚ ਰਜਿਸਟਰਡ ਕਰਵਾਇਆ ਸੀ। ਉਹਦੀਆਂ ਇਨਕੁਆਇਰੀ ਵੀ ਹੋਈਆਂ, ਉਹ ਵੀ ਤੁਸੀਂ ਦੇਖੀਆਂ, ਮੈਂ ਉਹਦੇ 'ਤੇ ਵੀ ਵਿਲਾਗ ਕੀਤਾ ਸੀ। ਲੇਕਿਨ ਬਾਅਦ ਵਿੱਚ ਜਮਸ਼ੇਦ ਜਿਹਦੇ ਕਿ ਵਾਲਿਦ ਹੁਣ ਕਤਲ ਹੋਏ ਨੇ, ਉਹਨੇ ਇੱਕ ਫੇਸਬੁੱਕ ਉੱਤੇ ਆਪਣਾ ਸਟੇਟਸ ਦਿੱਤਾ। ਵੀਡੀਓ ਬਿਆਨ ਦੇ ਵਿੱਚ ਉਹਨੇ ਗੱਲ ਦੱਸੀ ਕਿ ਗੁੱਜਰ ਦੇ ਘਰ ਉੱਤੇ ਜਿਤਨਾ ਕਾਤਲਾਨਾ ਹਮਲਾ ਹੋਇਆ ਉਹ ਮੈਂ ਕੀਤਾ। ਕੁਝ ਉਹਨਾਂ ਦੇ ਮਾਮਲਾਤ ਸਨ, ਪੁਰਾਣੀਆਂ ਗੱਲਾਂ ਬਾਤਾਂ ਚੱਲਦੀਆਂ ਆਉਂਦੀਆਂ ਸਨ ਪਈਆਂ। ਹੁਣ ਕੱਲ੍ਹ ਜਿਹੜਾ ਕਤਲ ਹੋਇਆ, ਇਹ ਕਤਲ ਇਸ ਤਰ੍ਹਾਂ ਹੋਇਆ ਕਿ ਅਬਦੁਲ ਰਸ਼ੀਦ ਹਾਜੀ ਵਾਲਾ ਚੌਕ ਦੇ ਵਿੱਚ ਆਪਣਾ ਇੱਕ ਡੇਰਾ ਪੇ ਬਣਾਉਂਦੇ ਸਨ, ਔਰ ਉਹਨਾਂ ਦੇ ਕੋਲ ਕੁਝ ਮਹਿਮਾਨ ਆਏ ਸੀ, ਜਿਹੜੇ ਉਹਨਾਂ ਦੇ ਬਿਨੋਈ ਨੇ, ਇੱਕ ਉਹਨਾਂ ਦੇ ਭਾਈ ਸਨ, ਇੱਕ ਨਾਸਰ ਜੱਟ ਸਾਹਿਬ ਸਨ, ਜਿਹੜੇ ਕਿ ਟਾਂਡੇ ਤੋਂ ਸਨ। ਬਕੌਲ ਉਹਨਾਂ ਦੇ, ਔਰ ਜੋ ਐੱਫ ਆਈ ਆਰ ਦੇ ਵਿੱਚ ਮਤਨ ਨੇ, ਮੈਂ ਉਸ ਐੱਫ ਆਈ ਆਰ ਦੀ ਕਾਪੀ ਵੀ ਨਾਲ ਚੱਲ ਰਹੀ, ਮੈਂ ਐੱਫ ਆਈ ਆਰ ਦਾ ਮਤਨ ਹੀ ਤੁਹਾਨੂੰ ਸਾਰਾ ਦੱਸਣਾ ਕਿ ਜੋ ਐੱਫ ਆਈ ਆਰ ਦੇ ਵਿੱਚ ਵਕੂਆ ਬਿਆਨ ਕੀਤਾ ਗਿਆ, ਉਹ ਇਸ ਤਰ੍ਹਾਂ ਕੀਤਾ ਗਿਆ ਕਿ ਤਾਰਕ ਸਾਹਿਬ ਕਰਾਲ ਤੋਂ ਰਹਿਣ ਵਾਲੇ ਨੇ, ਬਿਨੋਈ ਨੇ, ਅਬਦੁਲ ਰਸ਼ੀਦ ਦੇ ਜਿਹੜੇ ਕਤਲ ਹੋਏ ਨੇ। ਉਹ ਕਹਿੰਦੇ ਨੇ ਮੈਂ ਔਰ ਮੇਰਾ ਭਾਈ ਅਸੀਂ ਕਰਾਲ ਤੋਂ ਇੱਥੇ ਆਏ ਹਾਂ, ਹਾਜੀ ਵਾਲੇ ਉੱਥੇ ਚੌਕ ਡੇਰੇ ਦੇ ਉੱਤੇ ਪਹਿਲਾਂ ਬੈਠੇ ਰਹੇ ਹਾਂ, ਉਸ ਤੋਂ ਬਾਅਦ ਰਸ਼ੀਦ ਸਾਹਿਬ ਸਾਡੇ ਤੋਂ ਅੱਗੇ ਅੱਗੇ ਚੱਲਦੇ ਆਉਂਦੇ ਸਨ ਪਏ, ਅਤੇ ਅਸੀਂ ਤਿੰਨ ਬੰਦੇ ਹਾਂ ਜਿਹੜੇ ਪਿੱਛੇ ਖਲੋਤੇ ਸਨ ਕਿ ਅਚਾਨਕ ਇੱਕ ਗੱਡੀ ਆਈ ਹੈ, ਔਰ ਉਸ ਗੱਡੀ ਦੇ ਵਿੱਚੋਂ ਮੁਹੰਮਦ ਅਲੀ, ਚੌਧਰੀ ਇਜਾਜ਼ ਔਰ ਨਾਲ ਤਿੰਨ ਔਰ ਉਹਨਾਂ ਨਾਮਜ਼ਦ ਬੰਦੇ ਨਾਮਜ਼ਦ ਕੀਤੇ ਨੇ। ਉਹ ਕਹਿੰਦੇ ਨੇ ਜਿਵੇਂ ਉਹ ਗੱਡੀ ਆਈ ਅਤੇ ਚੌਧਰੀ ਮੁਹੰਮਦ ਅਲੀ ਗੁੱਜਰ ਨੇ ਨਾਰਾ ਮਾਰਿਆ ਕਿ ਅੱਜ ਸ਼ਹੀਦੇ ਨੂੰ ਜਾਣ ਨਾ ਦਿਓ, ਔਰ ਇਤਨੀ ਦੇਰ ਦੇ ਵਿੱਚ ਹੀ ਇੱਕ ਮੋਟਰਸਾਈਕਲ ਸਵਾਰ ਉੱਥੇ ਆ ਗਿਆ, ਨਕਾਬ ਪੋਸ਼, ਉਹਨਾਂ ਦੇ ਕੋਲ ਕਲੈਸ਼ਨ ਕੋਪਾ ਸੀ ਦੋਵਾਂ ਕੋਲ। ਲੇਕਿਨ ਐੱਫ ਆਈ ਆਰ ਦੇ ਵਿੱਚ ਇਹ ਲਿਖਿਆ ਹੈ ਕਿ ਪਹਿਲੀ ਗੋਲੀ ਜਿਹੜੀ ਉਹ ਮੁਹੰਮਦ ਅਲੀ ਨੇ ਚਲਾਈ, ਜਿਹੜੀ ਕਿ ਮਕਤੂਲ ਦੇ ਸੀਨੇ ਦੇ ਉੱਤੇ ਲੱਗੀ। ਉਸ ਤੋਂ ਬਾਅਦ ਉਹ ਕਲੈਸ਼ਨ ਕੋਫ ਵਾਲੇ ਮੋਟਰਸਾਈਕਲ ਸਵਾਰ ਸਨ ਜਿਹੜੇ, ਉਹਨਾਂ ਵੀ ਅੰਧਾਧੁੰਦ ਫਾਇਰਿੰਗ ਕੀਤੀ, ਔਰ ਦੂਸਰਿਆਂ ਨੇ ਵੀ ਅੰਧਾਧੁੰਦ ਫਾਇਰਿੰਗ ਸ਼ੁਰੂ ਕੀਤੀ। ਇਹ ਮੁਹੰਮਦ ਅਲੀ ਨੇ ਕਰਵਾਇਆ ਨਹੀਂ ਕਰਵਾਇਆ, ਕੀ ਹੋਇਆ ਇਸ ਚੀਜ਼ ਦਾ, ਅਤੇ ਹੁਣ ਅਦਾਰੇ ਨੇ ਜਿਹੜੇ ਉਹ ਤਫਤੀਸ਼ ਕਰਨ ਦੇ ਦੌਰਾਨ ਤਫਤੀਸ਼ ਸਾਰੀ ਗੱਲਬਾਤ ਯਕੀਨਨ ਆਵਾਮ ਦੇ ਸਾਹਮਣੇ ਆ ਜਾਏਗੀ। ਲੇਕਿਨ ਅੱਜ ਵਾਲੇ ਦੇ ਵਿੱਚ ਇਸ ਤੋਂ ਪਹਿਲੇ ਵੀ ਕਤਲ ਹੋ ਚੁੱਕੇ ਆ। ਇਸ ਤੋਂ ਪਹਿਲਾਂ ਭੋਲਾ ਗੁੱਜਰ ਜੋ ਕਿ ਇੱਕ ਰਜ਼ਾਕਾਰ ਸੀ, ਉਹਦੇ ਕਤਲ ਦਾ ਸੁਰਾਗ ਅੱਜ ਤੱਕ ਨਹੀਂ ਮਿਲ ਸਕਿਆ, ਕੌਣ ਉਹਨੂੰ ਕਤਲ ਕਰ ਗਿਆ। ਉਸ ਤੋਂ ਪਹਿਲੇ ਅਨਸਰ ਦੇਦੜਾਂ ਵਾਲਾ ਕਤਲ ਹੋਇਆ, ਅਮਜਦ ਦੇਦੜਾਂ ਵਾਲਾ, ਇਹ ਉਸ ਵਕਤ ਦਾ ਰੌਲਾ ਜਿਹੜਾ ਉਹ ਸ਼ੁਰੂ ਹੋਇਆ, ਯਾਨੀ ਜਿਸ ਵਕਤ ਅਨਸਰ ਦੇਦੜਾਂ ਵਾਲਾ ਮੁਹੰਮਦ ਅਲੀ ਗੁੱਜਰ ਦਾ ਉਹ ਦੋਸਤ ਸੀ, ਉਹਨਾਂ ਦੇ ਡੇਰੇ ਉੱਤੇ ਰਹਿੰਦਾ ਸੀ, ਉਹਦੇ ਉਹਨਾਂ ਦੇ ਪਿੰਡ ਦੀ ਕਿਸੇ ਦੀਵਾਰ ਤੋਂ ਇਹ ਲੜਾਈ ਸ਼ੁਰੂ ਹੋਈ, ਔਰ ਇਹ ਲੜਾਈ ਇਤਨੀ ਕਰ ਫੈਲੀ ਕਿ ਅੱਜ ਦੋ ਜ਼ਿੰਦਗੀਆਂ ਨਿਕਲ ਚੁੱਕੀ, ਔਰ ਅੱਗੋਂ ਪਤਾ ਨਹੀਂ ਕਿਤਨੀਆਂ ਜ਼ਿੰਦਗੀਆਂ ਨਿਕਲੇ। ਹੁਣ ਮੁਹੰਮਦ ਅਲੀ ਗੁੱਜਰ ਜਾਂ ਇਜਾਜ਼ ਜਾਂ ਉਹ ਜਿਹੜੇ ਪੰਜ ਬੰਦਿਆਂ ਉੱਤੇ ਉਹਨਾਂ ਨੇ ਪਰਚਾ ਨਾਮਜ਼ਦ ਕੀਤਾ, ਪੁਲਿਸ ਦੇ ਕੋਲੋਂ ਅਸੀਂ ਪੁੱਛਿਆ ਅਤੇ ਪੁਲਿਸ ਨੇ ਕਿਹਾ ਕਿ ਅਸੀਂ ਡੇਰੇ ਦੇ ਉੱਤੇ ਮੁਹੰਮਦ ਅਲੀ ਗੁੱਜਰ ਦੇ ਯਾਨੀ ਡੇਰੇ 'ਤੇ ਛਾਪਾ ਮਾਰਿਆ ਅਤੇ ਸਾਨੂੰ ਉੱਥੋਂ ਕੋਈ ਬੰਦਾ ਨਜ਼ਰ ਨਹੀਂ ਆਇਆ, ਤਾਂ ਉਹਨਾਂ ਦੇ ਕਿਸੇ ਮੁਲਾਜ਼ਮ ਨੂੰ ਉਹ ਪਕੜ ਕੇ ਲੈ ਗਏ। ਜ਼ਾਹਿਰ ਹੈ ਹੁਣ ਗੁੱਜਰ ਸਾਹਿਬ ਨੇ ਜਿਹੜੇ ਉਹ ਵੀ ਆਪਣਾ ਬੈਕ ਦਫਾ ਕਰਨ ਦੇ, ਅਤੇ ਇਹ ਕਤਲ ਦੀਆਂ ਕੀ ਹੋਇਆ ਅੱਗੋਂ, ਜੋ ਜੋ ਗੱਲਾਂ ਬਾਤਾਂ ਹੁੰਦੀਆਂ, ਜੋ ਇਨਕੁਆਇਰੀਆਂ ਹੋਣਦੀਆਂ, ਉਹ ਅਸੀਂ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ। ਗੱਲ ਕਰਨ ਦਾ ਸਿਰਫ ਮਕਸਦ ਇਹ ਸੀ ਕਿ ਹਾਜੀ ਵਾਲਾ ਦੇ ਵਿੱਚ, ਖਾਸ ਕਰਕੇ ਹਾਜੀ ਵਾਲਾ ਦੇ ਵਿੱਚ ਪਿਛਲੇ ਚੰਦ ਮਾਹ ਤੋਂ ਹਾਜੀ ਵਾਲਾ ਦੇ ਲੋਕਾਂ ਦਾ ਸਕੂਨ ਬਰਬਾਦ ਹੋਇਆ, ਔਰ ਕਿਸੇ ਅਗਰ ਇੱਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਦੁਸ਼ਮਣੀ ਹੁੰਦੀ, ਉਹ ਸਿਰਫ ਉਸ ਪਿੰਡ ਦਾ ਹੀ ਨਹੀਂ ਬਲਕਿ ਸਾਰੇ ਇਲਾਕੇ ਦੇ ਲੋਕ ਨੇ ਜਿਹੜੇ ਉਹਨਾਂ ਦਾ ਹੀ ਸਕੂਨ ਤਬਾਹ ਬਰਬਾਦ ਹੋ ਜਾਂਦਾ।
ਅਸੀਂ ਦੁਆ ਕਰਾਂ ਕਿ ਅੱਲਾਹ ਤਾਲਾ ਇਸ ਦੁਸ਼ਮਣੀ ਨੂੰ ਬਗੈਰ ਕਿਸੇ ਹੋਰ ਨੁਕਸਾਨ ਤੋਂ ਕਿਸੇ ਪੱਲੇ ਲਾ ਦੇ ਔਰ ਇਹਨਾਂ ਨੂੰ ਅਮਨ ਦਾ ਗਵਾਰਾ ਬਣਾ ਦੇ ਔਰ ਜਿਹੜੇ ਫੌਤ ਹੋਏ ਨੇ ਅੱਲਾਹ ਤਾਲਾ ਉਹਨਾਂ ਦੀ ਮਗਫਰਤ ਬਖਸ਼ਿਸ਼ ਫਰਮਾਏ ਸਾਨੂੰ ਸਾਰਿਆਂ ਨੂੰ ਹਦਾਇਤ ਨਸੀਬ।